ਵਾਹਿਗੁਰੂ ਜੀ, ਮੈਂ ਚਰਨਚੂੜ ਦੀ ਬਖਸ਼ਿਸ਼ ਸ਼ਿਆਰ ਕਰਨੀ ਸੱਚੇ ਪਾਤਸ਼ਾਹ। ਵਾਹਿਗੁਰੂ ਜੀ, ਮੈਂ ਵੀਰ ਜੀ ਹਰਵਿੰਦਰ ਸਿੰਘ ਦੀ ਰਸਨਾ ਤੋਂ ਸੁਣਿਆ ਸੀ ਕਿ ਜੇ ਕੋਈ ਨਸ਼ਾ ਕਰਦਾ ਕਿਸੇ ਵੀ ਤਰ੍ਹਾਂ ਦਾ, ਉਹਨੂੰ ਤੁਸੀਂ ਆਪ ਚਰਨਚੂੜ ਲਿਆ ਕੇ ਉਹਦੇ ਮੱਥੇ ਨਾਲ ਲਾਓ ਅਤੇ 2-2.5 ਮਹੀਨੇ ਤੱਕ ਮਾਲਕ ਕਿਰਪਾ ਜ਼ਰੂਰ ਕਰਨਗੇ। ਅਤੇ ਵਾਹਿਗੁਰੂ ਜੀ, ਮੇਰਾ ਬੇਟਾ ਸ਼ਰਾਬ ਵੀ ਪੀਂਦਾ ਸੀ, ਫੀਮ ਵੀ ਖਾਂਦਾ ਸੀ। ਮੈਂ 15-20 ਦਿਨ ਇੰਨੇ ਕੁ ਦਿਨ ਉਹਦੇ ਲਿਆ ਕੇ ਚਰਨਚੂੜ ਲਾਈ, ਉਹਨੇ ਮਨ ਬਣਾ ਲਿਆ ਕਿ ਮੈਂ ਸਭ ਕੁਛ ਛੱਡਣਾ। ਉਹ ਦਵਾਈ ਖਾ ਰਿਹਾ ਅਤੇ ਛੱਡਣ ਤਿਆਰ, ਮਨ ਬਣਾਇਆ ਉਹਨੇ ਛੱਡਣ ਦਾ। ਅਤੇ ਵਾਹਿਗੁਰੂ ਜੀ, ਮੇਰੀ ਸਾਰੀ ਸੰਗਤ ਦੇ ਚਰਨਾਂ 'ਤੇ ਸੀਸ ਰੱਖ ਕੇ ਬੇਨਤੀ ਹੈ ਵੀ ਵਾਹਿਗੁਰੂ ਜੀ ਉੱਤੇ ਬਖਸ਼ਿਸ਼ ਕਰਨ, ਆਪਣਾ ਪੁੱਤਰ ਬਣਾ ਲੈਣ, ਨਾਮ ਦੀਆਂ ਦਾਤਾਂ ਦੇ ਦੇਣ, ਨਸ਼ੇ ਸਾਰੇ ਸੜ ਗਏ। ਅਤੇ ਵਾਹਿਗੁਰੂ ਅੰਮ੍ਰਿਤ ਦੀਆਂ ਦਾਤਾਂ ਦੇ, ਨਾਮ ਜਪਾਵੇ ਸਤਿ। ਸੋ ਕਾਫੀ ਪੁਰਾਣੀ ਗੱਲ, ਆਪਣੇ ਜੱਟੇ ਪਿੰਡ ਤੋਂ ਸਿੰਘ ਸੀ, ਇੱਕ ਬਹੁਤ ਵਧੀਆ ਸਿੰਘ ਸੀ ਇੱਥੇ, ਤੇ ਸਿਮਰਨ ਵੀ ਕਰਦੇ ਸੀ। ਉਮਰ ਵੀ ਮੇਰੇ ਖਿਆਲ 50 ਸਾਲ ਦੇ ਲਗਭਗ ਸੀ ਉਹਨਾਂ ਦੀ। ਇੱਕ ਵਾਰੀ ਇੱਦਾਂ ਮੈਨੂੰ ਮਿਲੇ, ਉਹਨਾਂ ਨੇ ਫੋਨ ਤੇ ਗੱਲ ਕੀਤੀ, ਕਹਿੰਦੇ ਕਿ ਵੈਸੇ ਬਖਸ਼ਿਸ਼ ਹੋਈ ਉਹਨਾਂ ਦੇ, ਬੜੀ ਪ੍ਰਕਾਸ਼ ਹੋਇਆ ਉਹਨਾਂ ਨੂੰ। ਉਹਨਾਂ ਨੇ ਫੋਨ ਲਾਇਆ, ਕਹਿੰਦੇ ਕਿ ਮੈਂ ਤੁਹਾਨੂੰ ਬਖਸ਼ਿਸ਼ ਬਾਰੇ ਵਾਹਿਗੁਰੂ ਥੋੜ੍ਹਾ ਜਿਹਾ ਕਲੀਅਰ ਕਰਨਾ ਸੀ, ਦੱਸਣਾ ਸੀ। ਕਹਿੰਦੇ ਇੱਦਾਂ ਮੈਨੂੰ ਨਾ ਪ੍ਰਕਾਸ਼ ਹੋਇਆ ਅੱਜ ਗੁਰਦੁਆਰੇ ਬੈਠਿਆਂ ਬੈਠਿਆਂ ਸਿਮਰਨ ਕਰਦਿਆਂ, ਅਤੇ ਬੜੇ ਵਿਰਾਗ ਜੀ ਉਹ, ਕਹਿੰਦੇ ਹੁਣ ਕੁਝ ਬੋਲਣ ਨੂੰ ਦਿਲ ਨਹੀਂ ਕਰਦਾ, ਦਿਲ ਕਰਦਾ ਵਾਹਿਗੁਰੂ ਕਰਦਾ ਰਹਾਂ ਸਾਰੇ ਪਾਸੇ। ਕਹਿੰਦੇ ਐਂ ਬੜਾ ਵਧੀਆ ਵਧੀਆ ਲੱਗਦਾ ਦੇਖ ਕੇ, ਕਿਉਂਕਿ ਦਰਸ਼ਨ ਹੋ ਰਹੇ ਸੀ ਨਾ। ਕਹਿੰਦੇ ਵੀ ਉਹਨਾਂ ਜਿਹੜੀ ਇੱਕ ਗੱਲ ਦੱਸੀ ਨਾ, ਉਹ ਬੜੀ ਅੰਦਰ ਨੂੰ ਹਿੱਟ ਕਰਨ ਵਾਲੀ। ਕਹਿੰਦੇ ਠੀਕ ਆ, ਗੁਰੂ ਸਾਹਿਬ ਨੇ ਸਮਝਾਇਆ ਸੀ ਕਿ ਕੋਈ ਕਿਰਾਇਤ ਨਹੀਂ ਕਰਨੀ, ਪਰ ਕੁਛ ਨਹੀਂ, ਪਰ ਕਹਿੰਦੇ ਅੱਖਾਂ ਆਪਣੇ ਆਪ ਹੀ ਨਾ ਕਈ ਨਾ ਪਰਾਏ ਘਰ ਵੱਲ ਦੇਖਦੀਆਂ ਸੀ। ਪਰ ਉਹ ਕਹਿੰਦਾ ਅੱਜ ਪਤਾ ਨਹੀਂ ਕੀ ਕ੍ਰਿਸ਼ਮਾ ਹੋਇਆ ਵਾਹਿਗੁਰੂ ਦਾ, ਤਾਂ ਮੇਰਾ ਕੁਝ ਵੀ ਦੇਖਣ ਨੂੰ ਦਿਲ ਹੀ ਨਹੀਂ ਕਰਦਾ, ਕੁਝ ਵੀ ਦੇਖਣ ਨੂੰ ਦਿਲ ਨਹੀਂ ਕਰਦਾ, ਦਿਲ ਕਰਦਾ ਬਸ ਅੱਖਾਂ ਬੰਦ ਕਰਕੇ ਇੱਥੇ ਗੁਰਦੁਆਰੇ ਬੈਠਾ ਰਹਾਂ, ਵਾਹਿਗੁਰੂ ਕਰੀ ਜਾਵਾਂ। ਹੁਣ ਗੁਰੂ ਸਾਹਿਬ ਨੇ ਜੋ ਲਿਖਿਆ ਉਹ ਸੱਤ ਤਾਂ ਹੈ ਹੀ ਆ, ਨੇਤਰ ਸੰਤੋਖੇ ਏਕ ਲਿਵ ਤਾਰਾ, ਅੱਖੀਂ ਸੰਤੋਖੀਆਂ ਏਕ ਲਿਵ ਲਾਏ, ਸੋ ਅੱਖਾਂ ਸੰਤੋਖੀਆਂ ਜਾਂਦੀਆਂ ਪਰ ਸੁਰਤੀ ਲਾ ਕੇ ਸੰਤੋਖੀਆਂ ਜਾਂਦੀਆਂ। ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਤੁਸੀਂ ਕਿਹਾ ਵੀ ਮੈਨੂੰ ਸ਼ਬਦ ਚੱਲਦਾ ਸੀਗਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋ ਵਾਹਿਗੁਰੂ ਤੋਂ ਉੱਪਰ ਕੁਛ ਨਹੀਂ ਹੈ ਜੀ, ਸਾਰਾ ਕੁਛ ਨਾਮ ਵਿੱਚ ਹੈਗਾ। ਮੈਂ ਤੁਸੀਂ ਕਹਿੰਦੇ ਆ ਗੋਡਿਆਂ ਦੇ ਦਰਦ, ਭੈਣ ਜੀ ਮੈਂ ਤੁਹਾਨੂੰ A-Z ਇਹਦੇ ਵਿੱਚ ਗਿਣ ਲਓ ਕਿੰਨੀਆਂ ਬਿਮਾਰੀਆਂ ਆਉਂਦੀਆਂ, ਸਾਰੀਆਂ ਹੀ ਮੇਰੇ ਸਰੀਰ 'ਤੇ ਲੱਗ ਚੁੱਕੀਆਂ। ਇਸ ਵੇਲੇ ਸਤਿਗੁਰ ਦੀ ਕਿਰਪਾ ਸਦਕਾ ਕੋਈ ਵੀ ਬਿਮਾਰੀ ਨਹੀਂ ਹੈਗੀ, ਅਤੇ ਸਿਰਫ ਨਾਮ ਬਾਣੀ ਦਾ ਆਸਰਾ ਜੀ। ਮੈਨੂੰ ਕੈਂਸਰ ਤੱਕ ਹੋ ਚੁੱਕਾ, ਪੈਰਾਲਾਈਜ਼ ਵੀ ਹੋ ਚੁੱਕਾ, ਹਾਰਟ ਦੀ ਪ੍ਰੋਬਲਮ, ਹਰ ਚੀਜ਼। ਇਸ ਵੇਲੇ ਮੈਂ ਕੋਈ ਦਵਾਈ ਨਹੀਂ ਖਾਂਦੀ, ਕੁਛ ਨਹੀਂ। ਚਲੋ ਹੁਣ ਥੋੜ੍ਹਾ ਜਿਹਾ ਸਰੀਰ 'ਤੇ ਕਸ਼ਟ ਹੈਗਾ ਸੱਟ ਲੱਗੀ ਕਰਕੇ, ਬਾਕੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਹਰ ਸਮੇਂ 'ਤੇ, ਸਹਾਇਤਾ ਕੀਤੀ ਵੀ ਆ, ਕਰਦੇ ਵੀ ਆ। ਤਾਂ ਬਾਣੀ ਦੇ ਵਿੱਚ ਬਹੁਤ ਕੁਛ ਹੈ, ਬਾਣੀ ਪੜ੍ਹੋ, ਬਾਣੀ ਦੇ ਨਾਲ ਸਾਰੇ ਦੁੱਖ ਦਲਿੱਦਰ ਜੋ ਵੀ ਹੈ ਸਭ ਕੁਛ ਦੂਰ ਹੁੰਦੇ ਆ।
ਅਤੇ ਮੈਂ ਮੇਰੇ ਸਾਰੀਆਂ ਆਪਣੇ ਅਤੇ ਮੈਂ ਵਾਪਰੀ ਘਟਨਾ ਕਿਸੇ ਦੀ ਸੁਣੀ ਸੁਣਾਈ ਨਹੀਂ, ਮੈਂ ਆਪਣੀ ਵਾਪਰੀ ਘਟਨਾ ਤੁਹਾਨੂੰ ਦੱਸ ਰਹੀ ਹਾਂ। ਤਾਂ ਬੜੀਆਂ ਤਕੜੀਆਂ ਔਕੜਾਂ ਆਈਆਂ ਨੇ ਮੇਰੇ 'ਤੇ, ਅਤੇ ਬਟ ਸੱਚੇ ਪਾਤਸ਼ਾਹ ਨੇ ਸਾਰੀਆਂ ਔਕੜਾਂ ਦੇ ਵਿੱਚੋਂ ਕੱਢਿਆ ਆਪ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਨਾ ਆਪਣਾ ਹਿਰਦਾ ਘਰ ਆ, ਅਤੇ ਜਿਵੇਂ ਕਿ ਆਪਾਂ ਇੱਕ ਵਾਰ ਵਾਹਿਗੁਰੂ ਕਹਿ ਰਹੇ ਹਾਂ ਨਾ, ਇੱਕ ਹੀਰ ਆਪਣੇ ਹਿਰਦੇ ਘਰ 'ਤੇ ਜਾ ਰਿਹਾ, ਕਿ ਜਿੰਨੀ ਵਾਰ ਆਪਾਂ ਵਾਹਿਗੁਰੂ ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ, ਸਿਮਰਨ ਕਰੀ ਜਾ ਰਹੇ ਹਾਂ, ਓਨੇ ਹੀਰੇ ਆਪਣੇ ਹਿਰਦੇ 'ਤੇ ਇਕੱਠੇ ਹੋ ਰਹੇ ਹਾਂ। ਪਰ ਗੁਰੂ ਪਾਤਸ਼ਾਹ ਨੇ ਇਹ ਵੀ ਦਿਖਾਇਆ ਕਿ ਚਲੋ ਆਪਣਾ ਨਾਮ ਤਾਂ ਨਿੱਧਾ ਵੱਧਦਾ ਆ, ਅਤੇ ਇੱਕ ਪਾਸੇ ਮਾਇਆ ਵੀ ਬੜੇ ਧਿਆਨ ਨਾਲ ਦੇਖ ਰਹੀ ਆ ਸਾਨੂੰ, ਕਿ ਇਹ ਥੋੜ੍ਹੀ ਜਿਹੀ ਢਿੱਲ ਪਾਏ ਥੋੜ੍ਹੀ ਜਿਹੀ, ਅਤੇ ਮੈਂ ਮਤਲਬ ਮੈਨੂੰ ਇੱਦਾਂ ਦਿਖਾਇਆ ਕਿ ਆਪਣੇ ਹਿਰਦੇ 'ਚ ਨਾ ਇੱਕ ਜਿਵੇਂ ਨਾਮ ਰੂਪੀ ਹੀਰਾ ਬੜਾ ਚਮਕ ਰਿਹਾ, ਬੜਾ ਪ੍ਰਕਾਸ਼ ਆ ਉਹਦੇ ਆਲੇ ਦੁਆਲੇ, ਅਤੇ ਨਾ ਮਤਲਬ ਸਾਰੇ ਵਿਕਾਰ ਸਾਰੀ ਮਾਇਆ ਦੀ ਫੌਜ ਉਹਨੂੰ ਬੜਾ ਦੇਖ ਰਹੀ ਹੈ ਕਿ ਕਦੋਂ ਇਹ ਥੋੜ੍ਹੀ ਜਿਹੀ ਢਿੱਲ ਪਾਏ ਅਤੇ ਮੈਂ ਇਹ ਹੀਰਾ ਕੀਮਤੀ ਚੁਰਾ ਕੇ ਲੈ ਜਾਂ। ਅਤੇ ਗੁਰੂ ਸਾਹਿਬ ਨੇ ਇਹ ਦਿਖਾਇਆ ਵੀ ਬਿਲਕੁਲ ਨਹੀਂ ਆਪਾਂ ਨੇ ਢਿੱਲ ਪਾਉਣੀ, ਕਿਉਂਕਿ ਜੇ ਆਪਾਂ ਥੋੜ੍ਹੀ ਜਿਹੀ ਵੀ ਢਿੱਲ ਪਾਉਂਦੇ ਹਾਂ ਨਾ, ਇਹ ਕੀਮਤੀ ਜਿਹੜਾ ਹੀਰਾ ਉਹ ਜਿਹੜੀ ਮਾਇਆ ਦੀ ਫੌਜਾਂ ਮਤਲਬ ਥੋੜ੍ਹਾ ਜਿਹਾ ਅਟੈਕ ਕਰਤਾ ਹੈ, ਗੁੱਸਾ ਆ ਗਿਆ ਆਪਾਂ ਨੂੰ, ਮੋਹ ਆ ਗਿਆ, ਜਾਂ ਕਾਮ ਨੇ ਅਟੈਕ ਕਰਤਾ, ਮਤਲਬ ਕੋਈ ਵੀ ਮਾਇਆ ਦੀ ਫੌਜ ਸਾਨੂੰ ਅਟੈਕ ਕਰ ਸਕਦੀ ਹੈ, ਮਤਲਬ ਬੜਾ ਮਤਲਬ ਗੁਰਮਤਿ 'ਤੇ ਤੁਰ ਕੇ ਆਪਾਂ ਇਸ ਹੀਰੇ ਦੀ ਸੰਭਾਲ ਕਰ ਸਕਦੇ ਹਾਂ, ਵਾਹਿਗੁਰੂ ਨਾਮ ਦੀ ਸੰਭਾਲ ਕਰ ਸਕਦੇ ਹਾਂ। ਸੋ ਵਾਹਿਗੁਰੂ ਨੇ ਇਹ ਦਿਖਾਇਆ ਕਿ ਹਰ ਟਾਈਮ ਹੀ ਨਾਮ ਜਪਣਾ, ਤਾਂ ਹੀ ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਆ ਨਾ, ਹਰ ਜਪਦੇ ਹਾਂ ਖਿੰਨ ਢਿੱਲ ਨਾ ਕੀ ਜਾਈ ਮੇਰੀ ਚਿੰਦੂੜੀ, ਕਿ ਆਪਾਂ ਨੇ ਇੱਕ ਖਿੰਨ ਵੀ ਨਹੀਂ ਢਿੱਲ ਕਰਨੀ, ਕਿਉਂਕਿ ਜੇ ਆਪਾਂ ਇੱਕ ਖਿੰਨ ਵੀ ਢਿੱਲ ਕਰਾਂਗੇ ਨਾ ਉਦੋਂ ਹੀ ਸਾਡਾ ਲੋਸ ਹੋ ਜਾਣਾ।